ਮੈਂ ਕੁਮਾਰਾਂ ਨਾਲ ਹੀ ਦਵਾਈਆਂ ਇਹ ਅਸਾਂ ਉਹ ਰੇਤ ਵਿੱਚ ਦਵਾਈ ਕੋ ਮਿਕਸ ਕਰ ਦਿੰਦੇ ਹਾਂ ਦਸਤਾਨੇ ਪਾ ਕੇ ਜਿਹੜਾ 5 ਕਿਲੋ ਸਾਡੇ ਸਿਰ ਦੇ ਗਿਆ ਉਹ ਕੋ ਅਸਾਂ ਮਿਕਸ ਕਰਨ ਤੋਂ ਬਾਅਦ ਨਾ ਉਹ ਦਵਾਈ ਦਾ ਅਸਾਂ ਛੱਟਾ ਦੇ ਦਿੰਦੇ ਹਾਂ ਇਹਦੇ ਵਿੱਚ ਰੇਤ ਦੇ ਵਿੱਚ ਦਵਾਈ ਮਿਕਸ ਕਰਕੇ ਛੱਟੇ ਤਰੀਕੇ ਨਾਲ ਜੀ ਜੀ ਅਸਾਂ ਜਿਵੇਂ ਛੱਟਾ ਕਰਨੇ ਆ ਖਾਦ ਦਾ ਜੀ ਜੀ ਅਸੀਂ ਇਹਦਾ ਛੱਟਾ ਕਰ ਦਿੰਦੇ ਹਾਂ ਉਹ ਸਾਰੀ ਜ਼ਮੀਨ ਦੇ ਉੱਤੇ ਯਾਨੀ ਉਹਦਾ ਛੱਟਾ ਦੀ ਵੰਦੇ ਵੱਲ ਜੋ ਹੀ ਬਾਰਿਸ਼ ਆਉਂਦੀ ਹੈ ਜਾਂ ਨਮੀ ਆਉਂਦੀ ਹੈ ਉਹਦੇ ਜ਼ਰੀਏ ਆਹਿਸਤਾ ਆਹਿਸਤਾ ਇਹ ਜ਼ਹਿਰ ਜਿਹੜੀ ਹੈ ਇਹ ਅੰਦਰ ਵਹਿੰਦੀ ਰਹਿੰਦੀ ਹੈ ਅਤੇ ਕਿਉਂਕਿ ਇਹ ਦਿਮਕ ਜਿਹੜੀ ਹੁੰਦੀ ਹੈ ਜੜ੍ਹਾਂ ਦੇ ਨਾਲ ਹਮਲਾਵਰ ਹੁੰਦੀ ਹੈ ਅਤੇ ਉਹ ਉਹਦੀ ਜ਼ਹਿਰ ਦਾ ਅਸਰ ਨਾਲ ਇਹ ਦਿਮਕ ਜਿਹੜੀ ਹੈ ਜਾਂ ਤਾਂ ਦੂਰ ਹਟ ਪੈਂਦੀ ਹੈ ਜਾਂ ਜਿਹੜੀ ਹਿੱਟ ਜਾ ਪੈਂਦੀ ਹੈ ਉਹ ਮਰ ਪੈਂਦੀ ਹੈ ਸਾਰੀ ਫਸਲ ਜਿਹੜੀ ਹੈ ਉਹ ਇਹ ਤਰੀਕੇ ਨਾਲ ਬਚ ਪੈਂਦੀ ਹੈ ਡਾਕਟਰ ਸਾਹਿਬ ਬੜਾ ਅਫਸਾਨ ਅਹਿਮ ਤਰੀਕੇ ਦੱਸਿਆ ਸਾਡੇ ਅਕਸਰ ਕਿਸਾਨ ਵੀਰਾਂ ਨੂੰ ਕਿਉਂਕਿ ਇੱਥੇ ਤਾਂ ਪਾਣੀ ਦੇ ਬਗੈਰ ਤਾਂ ਨਾ ਕੋਈ ਦਵਾ ਥੀਂਦੇ ਨਾ ਕੋਈ ਦਿਮਾਗ ਦੇ ਵਾਸਤੇ ਬੜਾ ਅਹਿਮ ਮਕਸਦ ਹੈ ਕਿ ਤੁਸੀਂ ਦੱਸਿਆ ਡਾਕਟਰ ਸਾਹਿਬ ਇਹ ਦੱਸੋ ਜਿਹੜੇ ਸਾਡੇ ਮੂੰਗਫਲੀ ਦੇ ਕਾਸ਼ਤਕਾਰ ਵੀਰਾਂ ਹਨ ਸੋ ਕਿਆ ਸਮਝਦੇ ਤਰੱਕੀ ਯਾਫਤਾ ਜਾਂ ਜਦੀਦ ਕਾਸ਼ਤਕਾਰ ਕਿਤਨੀ ਵੀ ਔਸਤ ਫੀ ਏਕੜ ਗਿਣਨ ਜੇ ਕੋਈ ਤੁਸੀਂ ਮਹਿਕਮਾ ਜ਼ਰਾਤ ਸਮਝਦਾ ਕਿ ਇਹ ਕਾਬਲੇ ਤਾਰੀਫ ਹੈ ਔਰ ਬਿਹਤਰ ਕਾਸ਼ਤਕਾਰ ਇਹ ਜੋ ਫਾਇਦਾ ਉਠਾਉਂਦੇ ਜੀ ਇਹ ਤਾਂ ਦੇਖਦੇ ਨਾ ਅਸੀਂ ਅਸਾਂ ਇਹਦੀ ਪੈਦਾਵਾਰ ਜਿਹੜੀ ਹੈ ਕਿ ਇਹ ਇੱਕ ਮਨ ਡਾਕਟਰ ਸਾਹਿਬ ਤੁਹਾਡਾ ਜਵਾਬ ਗਿਨੇ ਅਟਕ ਤੋਂ ਸਾਰੇ ਨਾਲ ਸਾਦਕ ਸਾਹਿਬ ਮੌਜੂਦ ਹਨ ਅਟਕ ਜੀ ਸਾਦਕ ਸਾਹਿਬ ਅਸਲਾਮ ਅਲੈਕੁਮ ਵਾਸਲਾਮ ਕੀ ਹਾਲ ਹੈ ਜੀ ਸਾਹਿਬ ਠੀਕ ਹੋ ਜਨਾਬ ਸਾਦਕ ਸਾਹਿਬ ਕੀ ਪੁੱਛੋ ਭਾਈ ਜਾਨ ਇਹ ਦੱਸੋ ਇਹ ਮੋਖਲੀ ਕੋ ਦੀਮਕ ਕੋ ਕਿਉਂ ਮਚਾਇਆ ਹੋਣ ਸਕਦੇ ਜਨਾਬ ਦੀਮਕ ਇਹ ਦੀਮਕ ਨਹੀਂ ਤਾਂ ਨਹੀਂ ਕਰਵਾਈ ਦੇ ਜੀ ਬਿਲਕੁਲ ਉਹਨਾਂ ਕੋ ਕਿਉਂ ਬਚਾਇਆ ਹੋਣ ਸਕਦੇ ਇਹਦੇ ਇਲਾਵਾ ਕੋਈ ਵੀ ਸਵਾਲ ਪੁੱਛਣਾ ਚਾਹੋ ਸਾਰੇ ਕਾਸ਼ਿਫ ਨਦੀਮ ਭੁੱਟਾ ਸਾਹਿਬ ਮੌਜੂਦ ਹਨ ਡਾਕਟਰ ਸਾਹਿਬ ਅੱਜ ਸਾਡੇ ਬਰਾਨੀ ਇਲਾਕੇ ਯਾਨੀ ਅਟਕ ਵਿੱਚ ਇਹ ਚੀਜ਼ ਕਾਸ਼ਤ ਹੁੰਦੀ ਹੈ ਉੱਥੋਂ ਦੇ ਜ਼ਿੰਮੇਦਾਰ ਸਾਡਾ ਇਹ ਪ੍ਰੋਗਰਾਮ ਦੇ ਬੈਠੇ ਤੇ ਉਹਨਾਂ ਨੇ ਇਹੋ ਚੀਜ਼ ਯਾਨੀ ਦੀਮਕ ਦੇ ਹਵਾਲੇ ਨਾਲ ਜਿਹੜੀ ਚੀਜ਼ ਉਹਨਾਂ ਪੁੱਛੀ ਹੈ ਇਹ ਅਕਸਰ ਯਾਨੀ ਸਾਡੇ ਬਰਾਨੀ ਇਲਾਕੇ 'ਚ ਇਹਦਾ ਬੜਾ ਮਸਲਾ ਹੈ ਦੀਮਕ ਦਾ ਅਤੇ ਉਹ ਉਮੀਦ ਹੈ ਮੈਂ ਜਿਹੜਾ ਦੱਸੇ ਇਹਨਾਂ ਕੋ ਕਿ ਇਹ ਆਪਣਾ ਇਹਦੇ 'ਚ ਪੰਜ ਕਿਲੋ ਦੇ ਰੇਤ ਹੈ ਜੀ ਉਹਦੇ 'ਚ ਇਸਤੇਮਾਲ ਕਰਕੇ ਤਰੀਕਾ ਦੱਸ ਸਕਦਾ ਕੋਈ ਐਸਾ ਤਰੀਕਾ ਨਹੀਂ ਜਿਹੜਾ ਬੀਜ ਕੋ ਐਸੀ ਕੋਈ ਜ਼ਹਿਰ ਲਾ ਦਿੱਤੀ ਵੰਨੇ ਜਿਹਦੇ ਨਾਲ ਦੀਮਕ ਖੁੱਲ ਜਾ ਕਿਉਂਕਿ ਦੀਮਕ ਇੱਕ ਅਹਿਮ ਮਸਲਾ ਹੈ ਮੂੰਗਫਲੀ ਦੀ ਫਸਲ ਦਾ ਸਾਰੇ ਕਾਸ਼ਤਕਾਰ ਬਿਰਾ ਮੂੰਗਫਲੀ ਦੇ ਜਿਹੜੇ ਕਾਸ਼ਤਕਾਰ ਹਨ ਉਹ ਦੀਮਕ ਤੋਂ ਪਰੇਸ਼ਾਨ ਇਹਦੇ ਇਲਾਵਾ ਕੋਈ ਐਸਾ ਆਸਾਨ ਤਰੀਕਾ ਜਿਹੜਾ ਸ਼ੁਰੂ ਤੋਂ ਮਕਸਦ ਇਸਤੇਮਾਲ ਕਰਦੇ ਨੇ ਨਹੀਂ ਇਹਦੇ ਕਿਤੇ ਬਿਮਾਰੀਆਂ ਕਿਤੇ ਤਾਂ ਬੀਜ ਕੋਲ ਦਵਾਈ ਲਾਈ ਪੈਂਦੀ ਹੈ ਅਤੇ ਦੀਮਕ ਜਿਹੜੀ ਹੁੰਦੀ ਹੈ ਇਹ ਜਿਹੜੇ ਵੇਲੇ ਪੌਦਾ ਉਗਾਉਂਦੇ ਉਹਨਾਂ ਕਿਉਂਕਿ ਦੀਮਕ ਜਿਹੜੀ ਹੈ ਨਾ ਇਹ ਮੁਕਾਈ ਨਹੀਂ ਮੰਨ ਸਕਦੀ ਇਹਦੇ ਅਸੀਂ ਬਹੁ ਵੱਡੇ ਗਾਰਾਂ ਜ਼ਮੀਨ ਦੇ ਥੱਲੇ ਬਣੇ ਹੋਏ ਉਹਨਾਂ ਅਤੇ ਔਰ ਬਹੁ ਵੱਡੀ ਇਹ ਯਾਨੀ ਕਲੋਨੀ ਦੀ ਸੂਰਤ ਵਿੱਚ ਇਹ ਮੌਜੂਦ ਹੈ ਕੀ ਸਮਝਦੇ ਜੇ ਦੀਮਕ ਕੋਈ ਮੌਸਮ ਦੀ ਵਜ੍ਹਾ ਤੋਂ ਟੈਂਪਰੇਚਰ ਲੋ ਥੀ ਮੰਦੂ ਕਿਵੇਂ ਕਿਉਂ ਇਤਨਾ ਹਮਲਾ ਵਰਤੀ ਰਹਿੰਦੇ ਇੱਥੇ ਇਹ ਦੀਮਕ ਜਿਹੜੀ ਹੈ ਇਹ ਸਾਡੇ ਇਹਨਾਂ ਇਲਾਕਿਆਂ 'ਚ ਮੌਜੂਦ ਹੈ ਤੁਸੀਂ ਦੇਖਦੇ ਹੋ ਆਪਣੇ ਘਰਾਂ 'ਚ ਫਰਨੀਚਰ ਕੋ ਔਰਾਂ ਪਰਾਂ ਇਹ ਹਰ ਜਗ੍ਹਾ ਇਹ ਮੌਜੂਦ ਹੈ ਅਤੇ ਇਹਦੇ ਕਿਤੇ ਇਹ ਹੁੰਦੇ ਉੱਥੇ ਥੋੜ੍ਹਾ ਇਹ ਕਿ ਮੌਸਮ ਯਾਨੀ ਪਾਣੀ ਇਤਨਾ ਨਹੀਂ ਆਉਂਦਾ ਬਾਰਿਸ਼ਾਂ ਦੇ ਇਨਹਸਾਰ ਹੁੰਦੇ ਅਤੇ ਉਹਦੀ ਵਜ੍ਹਾ ਕਰਕੇ ਇਹ ਨਸਲ ਦਰ ਨਸਲ ਇਹ ਦੀਮਕ ਉੱਥੇ ਮੌਜੂਦ ਰਹਿ ਪੈਂਦੀ ਹੈ ਅਤੇ ਜਿਹੜੀ ਕਿ ਉਹਦੇ ਬਾਅਦ ਉੱਥਾਂ ਫਸਲਾਂ ਵੀ ਬਹੁ ਘੱਟ ਹੋਣ ਕਿ ਇਤਨੀ ਜ਼ਿਆਦਾ ਫਸਲਾਂ ਵੀ ਨਹੀਂ ਆਉਂਦੇ ਬਰਾਨੀ ਇਲਾਕਿਆਂ 'ਚ ਔਰ ਇੱਕ ਫਸਲ ਤੋਂ ਬਾਅਦ ਜ਼ਮੀਨ ਖਾਲੀ ਪਈ ਰਹਿੰਦੀ ਹੈ ਅਤੇ ਉਹਦੇ 'ਚ ਇਹ ਕਾਫੀ ਯਾਨੀ ਉਹਦੇ 'ਚ ਆਪਣਾ ਇਹ ਪਰਵਰਿਸ਼ ਪਾ ਗਿੰਦੇ ਨੇ ਔਰ ਇਹ ਕਲੋਨੀ ਦੀ ਸੂਰਤ 'ਤੇ ਚਲਾਉਂਦੇ ਨੇ ਅਤੇ ਇਹਦਾ ਤਰੀਕਾ ਉਹ ਜਿਹਾ ਤੁਸੀਂ ਦੱਸਿਆ ਜੀ ਇਹਦਾ ਆਸਾਨ ਤਰੀਕਾ ਇਹੋ ਹੈ ਡਾਕਟਰ ਸਾਹਿਬ ਸਾਰੇ ਕਿਸਾਨ ਵੀਰਾਂ ਨੂੰ ਮੁਖਤਸਰ ਜਿਹੜੇ ਸਾਰੇ ਮੂੰਗਫਲੀ ਦੇ ਕਾਸ਼ਤਕਾਰ ਮੁਖਤਸਰ ਮਸ਼ਵਰਾ ਦੱਸੋ ਕਿ ਇਹ ਕੀ ਕਰਨ ਇਹ ਵੀ
ਜਦੀਦ ਕਾਸ਼ਤਕਾਰ ਬਣਨ ਔਰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾ ਸਕਣ ਮੂੰਗਫਲੀ ਦੀ ਫਸਲ ਜੀ ਇਹਦੇ ਕਿਤੇ ਤੇ ਸਹੀ ਇੱਕ ਚੀਜ਼ ਮੈਂ ਪਹਿਲੇ ਹੀ ਅਰਜ਼ ਕੀਤੀ ਹੈ ਕਿ ਕਿਉਂਕਿ ਪਾਣੀ ਦਾ ਉਥਾਂ ਇਨਸਾਰ ਸਿਰਫ ਬਾਰਿਸ਼ ਤੇ ਉਹਦੇ ਕਿਤੇ ਇਹ ਕਿ ਸਹੀ ਇਹ ਚੀਜ਼ ਨੂੰ ਨਾ ਦੇਖਣ ਕਿ ਬਈ ਸਾਡੇ ਕੋਲ ਬਾਰਿਸ਼ ਫਰਵਰੀ ਥੀਂਦੀ ਪਈ ਹੈ ਜਾਂ ਇਹ ਥੀਂਦੀ ਉਹ ਬਾਰਿਸ਼ ਦੀ ਬਾਅਦ ਉਹ ਨਮੀ ਨੂੰ ਮਹਿਫੂਜ਼ ਕਰ ਗਏ ਨੇ ਜੋ ਹੀ ਉਹ ਮੌਸਮ ਪਹੁੰਚੇ ਉਹਦੇ ਵਿੱਚ ਕਾਸ਼ ਕਰ ਗਏ ਨੇ ਔਰ ਇਫਤਖਾਰ ਸਾਹਿਬ ਮੈਂ ਇਹ ਵੀ ਦੱਸ ਦੇਵਾਂ ਅਗਰ ਕਈ ਇਹਨਾਂ ਇਲਾਕਿਆਂ ਸਾਡੇ ਵਿਰਾ ਕੋਲ ਨਮੀ ਦਾ ਮਸਲਾ ਹੋਵੇ ਨਾ ਤੇ ਉਹ ਮਈ ਦੇ ਮਹੀਨੇ 'ਚ ਵੀ ਕਾਸ਼ਤ ਕਰ ਸਕਦੇ ਨੇ ਅਪ੍ਰੈਲ ਤੋਂ ਬਾਅਦ ਮਈ 'ਚ ਵੀ ਅਗਰ ਉਹਨਾਂ ਕੋਲ ਨਮੀ ਮੌਜੂਦ ਕੋਈ ਨਹੀਂ ਤੇ ਉਹ ਇਹ ਚੀਜ਼ ਨੂੰ ਪਰੇਸ਼ਾਨ ਨਾ ਥੀਵੇਨ ਉਹ 31 ਮਈ ਤੱਕ ਵੀ ਮੂੰਗਫਲੀ ਜਿਹੜੀ ਹੈ ਉਹ ਕਾਸ਼ਤ ਕਰ ਸਕਦੇ ਹਨ ਤੇ ਲਿਹਾਜ਼ਾ ਇਹ ਚੀਜ਼ ਨੂੰ ਮੱਦੇਨਜ਼ਰ ਰੱਖੇਂਦੇ ਹੋਏ ਉਹ ਰੋਜ਼ ਕਰਨ ਬਾਕੀ ਜਿਹੜਾ ਹੈ ਇਹਦੇ ਤੇ ਮੁਖਤਲਿਫ ਜਿਹੜੇ ਬਿਮਾਰੀਆਂ ਨੇ ਉਹਦੇ ਕਿਤੇ ਫਫੂੰਦੀ ਕੁਛ ਜ਼ਹਿਰ ਸ਼ੁਰੂ ਵਿੱਚ ਲਾ ਲੈਵੇਂ ਹਿਫਸ ਮਾਤਕਦਮ ਦੇ ਤੌਰ ਤੇ ਠੀਕ ਹੈ ਤੇ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਜੀ ਬਹੁਤ ਅੱਛੇ ਅੱਛੇ ਮਸ਼ਵਰੇ ਸਾਰੇ ਕਿਸਾਨ ਵਿਰਾਮਾਂ ਕੁਰੀ ਤੇ ਤੁਹਾਨੂੰ ਇੱਕ ਵਾਰ ਸ਼ੁਕਰੀਆ ਅਦਾ ਕਰਦਾ ਜੇ ਕਿਸਾਨ ਵਿਰਾਉ ਡਾਕਟਰ ਕਾਸ਼ਮ ਦੀ ਭੁੱਟਾ ਸਾਹਿਬ ਨੇ ਅੱਜ ਮੂੰਗਫਲੀ ਦੇ ਹਵਾਲੇ ਨਾਲ ਬਹੁਤ ਅਹਿਮ ਮਸ਼ਵਰੇ ਦਿੱਤੇ ਇਹਨਾਂ ਉੱਤੇ ਅਮਲ ਕਰੋ ਔਰ ਮੂੰਗਫਲੀ ਦੇ ਜਿਹੜੇ ਖਾਸ ਤੌਰ ਸਾਰੇ ਕਾਸ਼ਤਕਾਰ ਵਿਰਾਨ ਇਹਨਾਂ ਉੱਤੇ ਅਮਲ ਕਰਕੇ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾ ਸਕਦੇ ਹਨ ਹੁਣ ਆਪਣੇ ਮੇਜ਼ਬਾਨ ਕੋ ਇਜਾਜ਼ਤ ਦਿਓ ਕੱਲ੍ਹ ਵੱਲ ਮੁਲਾਕਾਤ ਸੀ ਅੱਲਾ ਨਿਗਹਿਬਾਨ